ਹੈਲੋ ਫਰੈਂਡਸ, ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ ਜੀ। ਮੈਂ ਅਨੁਪਿੰਦਰ ਕੌਰ, ਅੱਜ ਮੈਂ ਤੁਹਾਨੂੰ ਦਰਸ਼ਨ ਕਰਾਵਾਂਗੀ ਉਸ ਮਹਾਨ ਜਗ੍ਹਾ ਦੇ ਜਿੱਥੇ ਸੂਫੀ ਸੰਤ ਬਾਬਾ ਫਰੀਦ ਜੀ ਨੇ 40 ਦਿਨ ਡੇਰਾ ਲਾ ਕੇ ਤਪੱਸਿਆ ਜਾਂ ਬੰਦਗੀ ਕੀਤੀ। ਇਹ ਉਹ ਜਗ੍ਹਾ ਹੈ ਜਿੱਥੇ ਰਾਜਾ ਮੁਕਾਲਸੀ ਨੇ ਬਾਬਾ ਸ਼ੇਖ ਫਰੀਦ ਜੀ ਤੋਂ ਮਾਫ਼ੀ ਮੰਗੀ। ਇਹ ਉਹ ਜਗ੍ਹਾ ਹੈ ਜਿੱਥੇ ਹਜ਼ਰਤ ਸ਼ੇਖ ਫਰੀਦ ਜੀ ਦਾ ਮਨ ਵੀ ਉਦਾਸ ਹੋ ਗਿਆ ਸੀ। ਇੱਥੇ ਹੀ ਛੱਪੜੀ ਸੀ ਅਤੇ ਛੱਪੜੀ ਦੇ ਕਿਨਾਰੇ ਹੀ ਬਾਬਾ ਜੀ ਨੇ ਡੇਰੇ ਲਾਏ ਸਨ। ਆਓ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਉਸ ਮਹਾਨ ਜਗ੍ਹਾ ਦੇ ਜਿੱਥੇ ਸਭ ਧਰਮ ਸਾਂਝੇ ਪੀਰ ਬਾਬਾ ਫਰੀਦ ਜੀ ਦੀ ਗੋਦੜੀ ਲੀਰੋ ਲੀਰ ਹੋ ਗਈ ਸੀ। ਗੁਰਦੁਆਰਾ ਗੋਦੜੀ ਸਾਹਿਬ ਅਤੇ ਤਪ ਸਥਾਨ ਬਾਬਾ ਸ਼ੇਖ ਫਰੀਦ ਸਾਹਿਬ ਜੀ। ਸੰਤ ਸਰੋਵਰ ਦੇ ਵੀ ਦੀਦਾਰ ਕਰਾਵਾਂਗੇ। ਹਰ ਵਾਰ ਦੀ ਤਰ੍ਹਾਂ ਘਰ ਦੇ ਕੰਮ ਕਾਰ ਕਰਕੇ ਲੇਟ ਹੋ ਜਾਂਦੀ ਹਾਂ, ਕਿਉਂਕਿ ਮੈਨੂੰ ਟਰੈਵਲ ਦੇ ਸ਼ੌਂਕ ਦੇ ਨਾਲ ਨਾਲ ਘਰ ਦੀਆਂ ਵੀ ਜ਼ਿੰਮੇਵਾਰੀਆਂ ਹਨ। ਬੈਲੈਂਸ ਬਣਾ ਕੇ ਵੀ ਰੱਖਣਾ ਪੈਂਦਾ ਹੈ ਜ਼ਿੰਦਗੀ ਵਿੱਚ, ਤਾਂ ਹੀ ਜ਼ਿੰਦਗੀ ਖੂਬਸੂਰਤ ਹੈ। ਬਠਿੰਡੇ ਤੋਂ ਫਰੀਦਕੋਟ ਸ਼ਹਿਰ 67 ਕਿਲੋਮੀਟਰ ਦੂਰ ਹੈ। ਅੱਜ ਮੈਂ ਸਰਕਾਰੀ ਬੱਸ 'ਤੇ ਸਫ਼ਰ ਕਰ ਰਹੀ ਹਾਂ, ਕਿਉਂਕਿ ਜੇ ਜ਼ਿੰਦਗੀ ਨੂੰ ਸਮਝਣਾ ਹੈ ਤਾਂ ਲੋਕਾਂ ਵਿੱਚ ਵਿਚਰਨਾ ਜ਼ਰੂਰੀ ਹੈ। ਟਿਕਟ ਤਾਂ ਮੇਰੀ ਲੱਗੀ ਨਹੀਂ, ਕਿਉਂਕਿ ਸਰਕਾਰੀ ਬੱਸ ਵਿੱਚ ਔਰਤਾਂ ਦੀ ਟਿਕਟ ਫ੍ਰੀ ਹੈ। ਜੈਤੋ ਕੋਟਕਪੂਰਾ ਹੁੰਦੀ ਬੱਸ 70 ਮਿੰਟਾਂ ਵਿੱਚ ਫਰੀਦਕੋਟ ਬੱਸ ਸਟੈਂਡ 'ਤੇ ਪਹੁੰਚ ਗਈ। 20 ਰੁਪਏ ਵਿੱਚ ਆਟੋ ਕਿਰਾਏ 'ਤੇ ਕਰਵਾ ਕੇ ਪਹੁੰਚ ਗਈ ਇਤਿਹਾਸਿਕ ਗੁਰਦੁਆਰਾ ਗੋਦੜੀ ਸਾਹਿਬ ਬਾਬਾ ਸ਼ੇਖ ਫਰੀਦ ਜੀ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ, ਕੁਝ ਪਲ ਸ਼ਾਂਤੀ ਨਾਲ ਦਰਬਾਰ ਸਾਹਿਬ ਵਿੱਚ ਬਤੀਤ ਕੀਤੇ। ਇਸ ਜਗ੍ਹਾ ਦਾ ਇਤਿਹਾਸ ਗੁਰੂ ਨਾਨਕ ਦੇਵ ਜੀ ਤੋਂ ਵੀ ਪਹਿਲਾਂ ਦਾ ਹੈ। 12ਵੀਂ ਸਦੀ ਵਿੱਚ ਬਾਬਾ ਫਰੀਦ ਜੀ ਦਿੱਲੀ ਤੋਂ ਆਪਣੇ ਜਨਮ ਸਥਾਨ ਪਾਕਪਟਨ ਪਾਕਿਸਤਾਨ ਨੂੰ ਜਾ ਰਹੇ ਸਨ। ਇਸ ਜਗ੍ਹਾ 'ਤੇ ਜੋ ਕਿ ਪਹਿਲਾਂ ਮਕਲੋਹਰ ਨਗਰ ਅਤੇ ਹੁਣ ਦੇ ਫਰੀਦਕੋਟ ਵਿੱਚ ਉਹ ਰੁਕੇ ਅਤੇ ਆਰਾਮ ਕੀਤਾ। ਜਦ ਬਾਬਾ ਜੀ ਇਸ ਜਗ੍ਹਾ 'ਤੇ ਰੁਕੇ ਸੀ ਤਾਂ ਖਾਣ ਲਈ ਰਸਦ ਲੈਣ ਲਈ ਫਰੀਦਕੋਟ ਕਿਲ੍ਹੇ ਵੱਲ ਆਏ ਤਾਂ ਇਤਿਹਾਸਕਾਰ ਦੱਸਦੇ ਹਨ ਕਿ ਪਿੱਛੋਂ ਬੱਚਿਆਂ ਨੇ ਖੇਡਦੇ ਖੇਡਦੇ ਬਾਬਾ ਫਰੀਦ ਜੀ ਦੀ ਗੋਦੜੀ ਲੀਰੋ ਲੀਰ ਕਰ ਦਿੱਤੀ ਅਤੇ ਦਰਖਤ 'ਤੇ ਟੰਗ ਦਿੱਤੀ। ਜਦੋਂ ਬਾਬਾ ਜੀ ਨੇ ਵਾਪਸ ਪਰਤ ਕੇ ਦੇਖਿਆ ਤਾਂ ਉਹਨਾਂ ਦੀ ਤਪੱਸਿਆ ਕਰਨ ਵਾਲੀ ਗੋਦੜੀ ਪਾੜ ਦਿੱਤੀ ਹੈ ਤਾਂ ਉਹ ਬਹੁਤ ਉਦਾਸ ਹੋਏ। ਗੋਦੜੀ ਇੱਕ ਤਰ੍ਹਾਂ ਦੀ ਰੂੰ ਅਤੇ ਕੱਪੜੇ ਦੀ ਬਣੀ ਗੱਦੀ ਹੁੰਦੀ ਹੈ।
ਬਾਬਾ ਜੀ ਨੂੰ ਗੋਦੜੀ ਉਹਨਾਂ ਦੇ ਗੁਰੂ ਪੀਰਾਂ ਨੇ ਦਿੱਤੀ ਸੀ। ਇਸ ਅਫਸੋਸ ਵਿੱਚ ਬਾਬਾ ਜੀ ਨੇ ਇੱਥੇ 40 ਦਿਨ ਤਪੱਸਿਆ ਜਾਂ ਬੰਦਗੀ ਕੀਤੀ। ਗੋਦੜੀ ਨੂੰ ਫਿਰ ਤੋਂ ਠੀਕ ਕਰਕੇ ਉਹ ਇਸ ਜਗ੍ਹਾ ਤੋਂ ਪਾਕਪਟਨ ਪਾਕਿਸਤਾਨ ਵੱਲ ਚਲੇ ਗਏ। ਹੁਣ ਇੱਥੇ ਪੀਰ ਜੀ ਦੀ ਯਾਦ ਵਿੱਚ ਚਿਰਾਗ ਵੀ ਬਲਦੇ ਹਨ ਅਤੇ ਕਮਰੇ ਦੇ ਰੂਪ ਵਿੱਚ ਬਾਬਾ ਜੀ ਦਾ ਸਥਾਨ ਵੀ ਮੌਜੂਦ ਹੈ। ਇੱਥੇ ਲੋਕ ਸੁੱਖਾਂ ਸੁੱਕਦੇ ਹਨ ਅਤੇ ਗੋਦੜੀਆਂ ਚੜ੍ਹਾਉਂਦੇ ਹਨ। ਇਹ ਗੋਦੜੀਆਂ ਉਤਾਰੀਆਂ ਨਹੀਂ ਜਾਂਦੀਆਂ, ਆਪਣੇ ਆਪ ਪਾੜ ਕੇ ਲੀਰੋ ਲੀਰ ਹੋ ਕੇ ਉਤਰਦੀਆਂ ਹਨ। ਬਾਬਾ ਸ਼ੇਖ ਫਰੀਦ ਜੀ ਦੀ ਬਾਣੀ ਦੇ ਸਲੋਕ ਸਾਡੇ ਮਨ 'ਤੇ ਗਹਿਰਾ ਅਸਰ ਪਾਉਂਦੇ ਹਨ। ਬਾਬਾ ਜੀ ਦਾ ਫਰੀਦਕੋਟ ਨਾਲ ਹੋਰ ਵੀ ਬਹੁਤ ਇਤਿਹਾਸ ਜੁੜਿਆ ਹੋਇਆ ਹੈ, ਜੋ ਕਿ ਪਾਰਟ 2 ਵਿੱਚ ਦਿਖਾਵਾਂਗੀ। ਦੂਜੇ ਭਾਗ ਵਿੱਚ ਟਿੱਲਾ ਸਾਹਿਬ, ਬਾਬਾ ਸ਼ੇਖ ਫਰੀਦ ਜੀ ਦੇ ਦਰਸ਼ਨ ਕਰਾਵਾਂਗੀ ਅਤੇ ਬਾਬਾ ਫਰੀਦ ਜੀ ਨਾਲ ਜੁੜੀਆਂ ਹੋਰ ਵੀ ਯਾਦਾਂ ਸਾਂਝੀਆਂ ਕਰਾਂਗੇ। ਹੁਣ ਮੈਂ ਤੁਹਾਡੇ ਤੋਂ ਆਗਿਆ ਲੈਂਦੀ ਹਾਂ। ਬਠਿੰਡਾ ਫਰੀਦਕੋਟ ਮਾਰਗ ਤੋਂ ਜੌੜੀਆਂ ਨਹਿਰਾਂ ਕੋਲ ਸਥਿਤ ਗੁਰਦੁਆਰਾ ਗੋਦੜੀ ਸਾਹਿਬ ਤੋਂ ਮੈਂ ਅਨੁਪਿੰਦਰ ਕੌਰ ਮੇਰੇ ਇਸ ਵਲੌਗ ਨੂੰ ਦੇਸ਼ ਵਿਦੇਸ਼ ਵਿੱਚ ਵੇਖਣ ਲਈ ਧੰਨਵਾਦ ਕਰਦੀ ਹਾਂ। ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਬਣੇ ਰਹਿਣਾ ਮੇਰੇ ਇਸ ਚੈਨਲ ਨਾਲ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ ਜੀ।